ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਪੇਰੈਂਟਸ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਜਿਵੇਂ ਕਿ ਸਾਡੇ ਟੀਚਰ ਨੇ ਲਵਪ੍ਰੀਤ ਸਿੰਘ ਇੱਥੇ ਜਰਨਲਿਜ਼ਮ ਵਿਭਾਗ ਦੇ ਵਿੱਚ ਉਹਨਾਂ ਨੇ ਇਹ ਕੁਸ਼ਚਨ ਪੁੱਛਿਆ ਮੈਨੂੰ ਕਿ ਹਰ ਇੱਕ ਵਿਦਿਆਰਥੀ ਦੇ ਮਨ ਦੇ ਵਿੱਚ ਇਹ ਕਰਿਓਸਿਟੀ ਹੈ ਕਿ ਐਗਜ਼ਾਮ ਜਿਹੜੇ ਹੋਣੇ ਆ ਉਹ ਕਿਵੇਂ ਹੋਣੇ ਆ ਤੋ ਪਹਿਲਾਂ ਤਾਂ ਇਹ ਡਿਸਾਈਡ ਨਹੀਂ ਸੀ ਹੋਇਆ ਕਿ ਐਗਜ਼ਾਮ ਹੋਣੇ ਆ ਲੇਕਿਨ ਹੁਣ ਯੂਨੀਵਰਸਿਟੀ ਨੇ ਔਰ UGC ਨੇ ਪੰਜਾਬ ਗਵਰਨਮੈਂਟ ਨੇ ਐਂਡ ਸਾਰੀਆਂ ਯੂਨੀਵਰਸਿਟੀਜ਼ ਨੇ ਇਹ ਡਿਸਾਈਡ ਕਰਿਆ ਹੁਣ ਕਿ ਐਗਜ਼ਾਮ ਜਿਹੜੇ ਨੇ ਉਹ ਐਗਜ਼ਿਟ ਕਲਾਸ ਦੇ ਜਿਹੜੇ ਕਿ ਥਰਡ ਈਅਰ ਦੀ ਕਲਾਸ ਹੈ ਜਾਂ ਕਿ ਫੋਰਥ ਸਮੈਸਟਰ ਦੇ ਨੇ ਜਿੱਦਾਂ ਮਾਸਟਰ ਕਲਾਸ ਹੁੰਦੇ ਨੇ ਜਿਹੜੇ ਜੋ ਵੀ ਐਗਜ਼ਿਟ ਕਲਾਸ ਹੈ ਕਾਲਜ ਦੇ ਵਿੱਚੋਂ ਉਹਨਾਂ ਦੇ ਐਗਜ਼ਾਮ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੋ ਡੇਟਸ ਦਿੱਤੀਆਂ ਨੇ ਜਿਵੇਂ ਕਿ ਪ੍ਰੈਕਟੀਕਲ ਦੀਆਂ ਡੇਟਸ ਨੇ ਉਹਨਾਂ ਨੇ ਦਿੱਤੀ ਸਭ ਤੋਂ ਪਹਿਲਾਂ ਉਹ 16 ਤਰੀਕ ਨੂੰ ਐਗਜ਼ਾਮ ਪ੍ਰੈਕਟੀਕਲ ਸ਼ੁਰੂ ਹੋ ਜਾਣਗੇ ਅਤੇ 25 ਤਰੀਕ ਤੋਂ ਥਿਊਰੀ ਐਗਜ਼ਾਮ ਜਿਹੜੇ ਉਹ ਸ਼ੁਰੂ ਹੋ ਜਾਣਗੇ ਜਿਹੜੇ ਪ੍ਰੈਕਟੀਕਲ ਐਗਜ਼ਾਮ ਨੇ ਇਹ ਸਾਰੇ ਐਗਜ਼ਾਮ ਅਸੀਂ ਔਨਲਾਈਨ ਹੀ ਕੰਡਕਟ ਕਰਨੇ ਜੋ ਕਿ ਸਾਨੂੰ ਡਾਇਰੈਕਸ਼ਨਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤੋ ਇਹ ਤਾਂ ਕਰ ਰਹੇ ਹਾਂ ਬਿਕੋਜ਼ ਕਿ ਜਿਹੜੀਆਂ ਇਹ ਸਾਰੀ ਸਿਚੁਏਸ਼ਨ ਹੈਗੀ ਹੈ ਪੈਂਡੇਮਿਕ COVID-19 ਪੈਂਡੇਮਿਕ ਦੀ ਜੋ ਸਿਚੁਏਸ਼ਨ ਹੈ ਇਸ ਨੂੰ ਦੇਖਦੇ ਹੋਏ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਅਤੇ ਬੱਚਿਆਂ ਦਾ ਦੀ ਸਿਹਤ ਪੱਖੋਂ ਉਹਨਾਂ ਦਾ ਕੀਤਾ ਉਹਨਾਂ ਦੀ ਸਿਹਤ ਜਿਹੜੀ ਠੀਕ ਰਹੇ ਤਾਂ ਔਨਲਾਈਨ ਇਸ ਵਾਰੀ ਵਨ ਟਾਈਮ ਜਿਹੜਾ ਔਨਲਾਈਨ ਐਗਜ਼ਾਮੀਨੇਸ਼ਨ ਜਿਹੜਾ ਕੰਡਕਟ ਹੋਏਗਾ ਕਿ ਸੋ ਜਿਹੜਾ ਪ੍ਰੈਕਟੀਕਲ ਕਲਾਸ ਪ੍ਰੈਕਟੀਕਲ ਦਾ ਐਗਜ਼ਾਮ ਹੋਏਗਾ ਉਹ 16 ਤਰੀਕ ਤੋਂ ਸ਼ੁਰੂ ਹੋ ਰਿਹਾ ਸਾਰਿਆਂ ਦੀ ਡੇਟ ਸ਼ੀਟ ਆ ਚੁੱਕੀਆਂ ਹੋਈਆਂ ਨੇ ਅਸੀਂ ਹਰ ਇੱਕ ਦੇ ਵਟਸਐਪ ਗਰੁੱਪ ਦੇ ਉੱਤੇ ਬੱਚਿਆਂ ਦੇ ਇਨਫੋਰਮ ਕਰ ਦਿੱਤਾ ਹੋਇਆ ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਆਪਣੇ ਹੈੱਡ ਆਫ ਦੇ ਡਿਪਾਰਟਮੈਂਟ ਤੋਂ ਇਹ ਪਤਾ ਕਰ ਸਕਦਾ ਕਿ ਉਹਨਾਂ ਦੇ ਪ੍ਰੈਕਟੀਕਲ ਐਗਜ਼ਾਮ ਕਦੋਂ ਸ਼ੁਰੂ ਹੋ ਰਹੇ ਨੇ ਮੀਨਸ ਕਿਹੜੀ ਡੇਟ ਨੂੰ ਉਹਨਾਂ ਦੇ ਪ੍ਰੈਕਟੀਕਲ ਐਗਜ਼ਾਮ ਹੈ ਤਾਂ ਜੋ ਵੀ ਪ੍ਰੈਕਟੀਕਲ ਐਗਜ਼ਾਮ ਹੋਣਗੇ ਉਹਦੇ 'ਚ ਅਸੀਂ ਅੱਜ ਹੀ ਸਾਡੀ ਇੱਕ ਮੀਟਿੰਗ ਹੋਈ ਸੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਗਾਈਡਲਾਈਨਸ ਦੇ ਅੰਡਰ ਹੈ ਕਿ ਇੱਕ ਇਵੈਲੂਏਸ਼ਨ ਐਂਡ ਐਗਜ਼ਾਮੀਨੇਸ਼ਨ ਕਮੇਟੀ ਬਣਾਉਣੀ ਹੈ ਜੋ ਅਸੀਂ ਬਣਾਤੀ ਹੋਈ ਹੈ ਉਹਦੇ 'ਚ ਇੱਕ ਨੋਡਲ ਅਫਸਰ ਹੋਣਗੇ ਜੋ ਕਿ ਡਾਕਟਰ ਬਲਜੀਤ ਸਿੰਘ ਨੇ ਅਤੇ ਬਾਕੀ ਸਾਰੀ ਇੱਕ ਅਸੀਂ ਕਮੇਟੀ ਪੂਰੀ ਬਣਾਈ ਹੋਈ ਹੈ ਇਸ ਕਮੇਟੀ ਨੇ ਸਾਰੀਆਂ ਜੋ ਵੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਅੱਜ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜ ਦੇ ਗਰੁੱਪ ਦੇ ਵਿੱਚ ਬੱਚਿਆਂ ਦੇ ਪ੍ਰੈਕਟੀਕਲ ਅਸੀਂ ਜ਼ੂਮ ਲਿੰਕ ਉਹਨਾਂ ਨੂੰ ਦੇਵਾਂਗੇ ਉਹਦੇ ਵਿੱਚ ਬੱਚੇ ਪੰਜ ਦੇ ਗਰੁੱਪ ਦੇ ਵਿੱਚ ਆਉਣਗੇ ਤਾਂ ਉਹਨਾਂ ਦਾ ਵਾਇਵਾ ਹੋਏਗਾ ਵਾਇਵਾ ਇਨ ਦ ਸੈਂਸ ਕਿ ਉਹਨਾਂ ਦੇ ਕੋਲੋਂ ਪੰਜ ਸੱਤ ਕੁਸ਼ਚਨ ਪੁੱਛੇ ਜਾਣਗੇ ਜਿੱਦਾਂ ਵੀ ਸਾਨੂੰ ਗਾਈਡਲਾਈਨਸ ਮਿਲੀਆਂ ਨੇ ਕਿ ਤੁਸੀਂ ਉਹਨਾਂ ਦਾ ਵਾਇਵੇ ਦੀ ਟਾਈਪ ਉਹਨਾਂ ਦੇ ਕੋਲੋਂ ਕੁਸ਼ਚਨ ਪੁੱਛਣਾ ਤਾਂ ਬਿਕੋਜ਼ ਕਿ ਹੁਣ ਕੋਈ ਵੀ ਜਿਹੜਾ ਲੈਬ ਦਾ ਵਰਕ ਤਾਂ ਹੋ ਨਹੀਂ ਸਕਦਾ ਜਾਂ ਕਿਉਂਕਿ ਪ੍ਰੈਕਟੀਕਲ ਜਿਹੜਾ ਉਹ ਫਿਜ਼ੀਕਲੀ ਪ੍ਰੈਜੈਂਸ ਹੋ ਕੇ ਤਾਂ ਹੋ ਨਹੀਂ ਹੋ ਸਕਦਾ ਤਾਂ ਇਸ ਕਰਕੇ ਉਹ ਕੁਸ਼ਚਨ ਹੋਈ ਪੁੱਛਣੇ ਆ ਉਹਨਾਂ ਦੇ ਕੋਲੋਂ ਉਹਨਾਂ ਦਾ ਵਾਇਵਾ ਹੋਏਗਾ ਉਸ ਵਾਇਵੇ ਦੇ ਨਾਲ ਫਿਰ ਮਾਰਕਸ ਲਗਾਉਣਗੇ ਜਾਂ ਉਹਨਾਂ ਦਾ ਜਿਹੜਾ ਓਵਰਆਲ ਕੰਟੀਨਿਊਸ ਇਵੈਲੂਏਸ਼ਨ ਦੇ ਬੇਸਿਸ ਦੇ ਉੱਤੇ ਟੀਚਰਸ ਨੇ ਮਾਰਕਸ ਲਗਾਉਣੇ ਆ ਐਂਡ ਉਹ ਅਸੀਂ ਮਾਰਕਸ ਜਿਹੜੇ ਅਪਲੋਡ ਕਰਨੇ ਆ ਸਿਮਿਲਰ ਵੇ ਜੋ 25th ਸੈਪਟੈਂਬਰ ਨੂੰ ਜੋ ਪ੍ਰੈਕਟੀਕਲ ਜੋ ਥਿਊਰੀ ਐਗਜ਼ਾਮ ਸ਼ੁਰੂ ਹੋ ਰਿਹਾ ਉਸ ਥਿਊਰੀ ਐਗਜ਼ਾਮ ਦੇ ਵਿੱਚ ਵੀ ਕੁਸ਼ਚਨ ਪੇਪਰ ਜੋ ਆਉਣਗੇ ਉਹ ਹਰ ਇੱਕ ਕਾਲਜ ਨੂੰ ਜੋ ਕਿ ਯੂਨੀਵਰਸਿਟੀ ਨੇ ਜਿਵੇਂ ਦੱਸਿਆ ਹਰ ਇੱਕ ਕਾਲਜ ਨੂੰ ਇੱਕ ਡੈਡੀਕੇਟਡ ਈਮੇਲ ਕੋਈ ਇੱਕ ਈਮੇਲ ਹੋਏਗੀ ਜੋ ਕਿ ਸਾਡੀ ਆਪਣੀ ਆਫਿਸ ਦੀ ਜਿਹੜੀ ਮੇਲ ਹੋਏਗੀ ਜਾਂ ਫਿਰ ਸਾਡੇ ਜਿਹੜੇ ਨੋਡਲ ਆਫਿਸਰ ਨੇ ਉਹਨਾਂ ਦੀ ਅਸੀਂ ਜੋ ਅਸੀਂ ਮੇਲ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਹਦੇ 'ਤੇ ਕੁਸ਼ਚਨ ਪੇਪਰ ਆਉਣਗੇ ਉਹ ਕੁਸ਼ਚਨ ਪੇਪਰ ਅਸੀਂ ਹਰ ਇੱਕ ਬੱਚੇ ਤੱਕ ਪਹੁੰਚਾ ਦਾਂਗੇ ਥਰੂ ਵਟਸਐਪ ਜਾਂ ਕੋਈ ਵੀ ਮੀਡੀਆ ਉਹਦੇ ਥਰੂ ਅਸੀਂ ਪਹੁੰਚਾ ਦਾਂਗੇ ਜੋ ਉਹਨਾਂ ਨੇ ਹਾਲਾਂ ਤੱਕ ਸਾਨੂੰ ਕੰਪਲੀਟ ਡਾਇਰੈਕਸ਼ਨਸ ਤਾਂ ਨਹੀਂ ਆਈਆਂ ਲੇਕਿਨ ਜਿਹੜੀਆਂ ਥੋੜ੍ਹੀ ਜਿਹੀ ਡਾਇਰੈਕਸ਼ਨਸ ਆਈਆਂ ਉਹਨਾਂ ਦੇ ਅਕੋਰਡਿੰਗਲੀ 50% ਉਹਦੇ ਵਿੱਚੋਂ ਜਿਹੜਾ ਕੁਸ਼ਚਨ ਪੇਪਰ ਹੋਏਗਾ ਉਹਦੇ ਵਿੱਚੋਂ 50% ਕੁਸ਼ਚਨ ਜਿਹੜੇ ਆ ਉਹ ਅਟੈਂਪਟ ਕਰਨੇ ਆ ਔਰ ਇਹਦੇ ਨਾਲ ਜੋ ਸ਼ੀਟਸ ਵੀ ਹੋਣਗੀਆਂ ਉਹ ਹੋ ਸਕਦਾ ਸਾਨੂੰ ਹਾਲਾਂ ਸ਼ੀਟਸ ਜਿਹੜੀਆਂ ਪ੍ਰੋਵਾਈਡ ਕਰਨਗੇ ਮੀਨਸ ਇਹਦੇ ਰਿਗਾਰਡਿੰਗ ਜੋ ਅੱਗੇ ਗਾਈਡਲਾਈਨਸ ਆਉਣੀਆਂ ਉਹ ਹਾਲਾਂ ਆਉਣੀਆਂ ਜੋ ਕਿ ਅਸੀਂ ਟਾਈਮ ਟੂ ਟਾਈਮ ਅਸੀਂ ਦੱਸ ਵੀ ਦਊਂਗੇ ਐਂਡ ਦੂਸਰੀ ਗੱਲ ਹੈ ਕਿ ਜਿਹੜੀ ਕਿ ਐਡਮਿਟ ਕਾਰਡ ਨੇ ਐਡਮਿਟ ਕਾਰਡ ਹਰ ਇੱਕ ਬੱਚੇ ਨੂੰ ਡਾਊਨਲੋਡ ਕਰਨਾ ਪਵੇਗਾ ਐਡਮਿਟ ਕਾਰਡ ਵੈਬਸਾਈਟ ਅਸੀਂ ਦੱਸ ਦਾਂਗੇ ਉਹਨਾਂ ਨੂੰ ਕਿ ਤਾਂ ਕਿ ਇਹ ਸਾਰਾ ਡਾਊਨਲੋਡ ਕਰਨ ਦੀ ਜਿੰਨੀ ਵੀ ਸੁਵਿਧਾ ਹੈਗੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੁਹੱਈਆ ਕਰਵਾ ਦਾਂਗੇ ਜੋ ਕਿ ਸਾਨੂੰ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਤਾ ਲੱਗੇਗਾ ਤਾਂ ਹਰ ਇੱਕ ਬੱਚੇ ਦਾ ਐਡਮਿਟ ਕਾਰਡ ਵੀ ਹੋਏਗਾ ਅਤੇ ਇਹਦੇ ਨਾਲ ਹੋਰ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਏ ਕਿਸੇ ਨੇ ਇਸਦੇ ਬਾਰੇ ਪੁੱਛਣਾ ਹੋਏ ਥਿਊਰੀ ਦੇ ਐਗਜ਼ਾਮ ਦੇ ਵਿੱਚ ਹੋਰ ਕੋਈ ਉਹਨਾਂ ਨੂੰ ਲੱਗਦਾ ਹੋਏ ਤਾਂ ਆਪਣੇ ਉਹ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਪਤਾ ਕਰ ਸਕਦਾ ਉਹਨਾਂ ਦੇ ਕੋਲੋਂ
ਨਾ ਫੋਨ ਨੰਬਰ ਜਾਂ ਕਾਲਜ ਦੇ ਫੋਨ ਨੰਬਰ ਦੇ ਉੱਤੇ ਫੋਨ ਕਰਕੇ ਸਾਡੇ ਕੋਲ ਪਤਾ ਕਰ ਸਕਦਾ। ਇਹ ਜਿੰਨੇ ਵੀ ਜਦੋਂ ਬੱਚਿਆਂ ਦੇ ਕੋਲ ਇਹ ਕੁਐਸਚਨ ਪੇਪਰ ਚਲੇ ਜਾਏਗਾ, ਕੁਐਸਚਨ ਪੇਪਰ ਵੈਬਸਾਈਟ ਤੋਂ ਹੋ ਜਾਂ ਕੋਈ ਜਿਹੜਾ ਅਸੀਂ ਉਹਨਾਂ ਨੂੰ ਮੇਲ ਦੱਸਾਂਗੇ ਕਿ ਇਸ ਮੇਲ ਤੋਂ ਤੁਸੀਂ ਉਹ ਕੁਐਸਚਨ ਪੇਪਰ ਨੂੰ ਡਾਊਨਲੋਡ ਕਰ ਲਓ, ਉਸ ਕੁਐਸਚਨ ਪੇਪਰ ਤੋਂ ਬਾਅਦ ਫਿਰ ਉਹ ਬੱਚਾ ਕੁਐਸਚਨ ਦਾ ਔਨਲਾਈਨ ਹੀ ਉਹਨੂੰ ਸੋਲਵ ਕਰੇਗਾ ਥੋਰੈਟੀਕਲੀ। ਮੀਨਸ ਕਿ ਉਹ ਲਿਖੇਗਾ ਸਾਰੇ ਕੁਐਸਚਨਸ ਦੇ 50% ਜਿੱਦਾਂ ਵੀ ਡਾਇਰੈਕਸ਼ਨਸ ਦਿੱਤੀਆਂ ਹੋਣਗੀਆਂ ਉਸ ਡਾਇਰੈਕਸ਼ਨਸ ਦੇ ਅਕੋਰਡਿੰਗ ਉਹ ਕੁਐਸਚਨਸ ਨੂੰ ਉਹ ਅਟੈਂਪਟ ਕਰੇਗਾ। ਤੋ ਉਹਦੀਆਂ ਫਿਕਸ ਸ਼ੀਟਾਂ ਹੋਣਗੀਆਂ, ਜਿੰਨੀਆਂ ਸ਼ੀਟਾਂ ਕਹਿਣਗੇ ਅਸੀਂ ਉਨੀਆਂ ਸ਼ੀਟਾਂ ਉਹਦੇ ਵਿੱਚ ਕਿ 10 ਸ਼ੀਟਾਂ ਦੇ 'ਚ ਕਰਨਾ ਜਾਂ 12 ਸ਼ੀਟਾਂ ਦੇ 'ਚ ਕਰਨਾ ਇਹ ਲੇਟਰ ਔਨ ਦੱਸ ਦਿੱਤਾ ਜਾਏਗਾ, ਕਿਉਂਕਿ ਹਾਲਾਂ ਇਹਦੀ ਕੋਈ ਗਾਈਡਲਾਈਨ ਨਹੀਂ ਆਈ। ਤਾਂ ਜਦੋਂ ਬੱਚਾ ਇਹ ਸਾਰਾ ਅਟੈਂਪਟ ਕਰ ਲਏਗਾ, ਉਸ ਤੋਂ ਬਾਅਦ ਉਹ ਸਕੈਨਡ ਡਾਕੂਮੈਂਟ ਉਹ ਸਾਰੇ ਆਨਸਰ ਸ਼ੀਟ ਨੂੰ ਸਕੈਨ ਕਰਕੇ ਉਹਦੇ PDF ਬਣਾ ਕੇ ਜੋ ਅਸੀਂ ਮੇਲ ਪ੍ਰੋਵਾਈਡ ਕਰਾਂਗੇ ਉਸ ਮੇਲ ਦੇ ਉੱਤੇ ਉਹ ਅਪਲੋਡ ਕਰ ਦੇਗਾ ਵਿਦਇਨ 2 hours, ਨਾ 2 ਘੰਟੇ ਦੇ ਅੰਦਰ ਅੰਦਰ ਉਹਨੇ ਉਹਨੂੰ ਅਪਲੋਡ ਕਰਨਾ। ਤਾਂ ਜੇ ਸਪੋਜ਼ ਕਿ ਉਹਦੇ ਕੋਲ ਕਨੈਕਸ਼ਨ ਪੂਅਰ ਹੈ, ਉਹਦੇ ਕੋਲ ਨਹੀਂ ਹੋ ਰਿਹਾ ਜਾਂ ਉਹਦੇ ਕੋਲ ਡਾਊਨਲੋਡ ਨਹੀਂ ਹੋ ਰਿਹਾ, ਇੱਦਾਂ ਦੀ ਪ੍ਰੋਬਲਮਸ ਵੀ ਬਹੁਤ ਆਉਣਗੀਆਂ, ਕਿਉਂਕਿ ਸਾਡਾ ਏਰੀਆ ਵੀ ਹੈ, ਈਵਨ ਹਰ ਇੱਕ ਜਗ੍ਹਾ ਦੇ ਉੱਤੇ ਪ੍ਰੋਬਲਮ ਆ ਰਹੀ ਹੈ। ਤੋ ਉਹ ਉਸ ਪ੍ਰੋਬਲਮ ਦਾ ਵੀ ਇੱਕ ਉਹ ਅਲੱਗ ਕਹਿ ਲਓ ਕਿ ਉਹਦਾ ਸਲਿਊਸ਼ਨ ਦੇਣਗੇ ਕਿ ਹੋ ਸਕਦਾ ਬੱਚਾ ਜਦੋਂ ਕਿ ਵਿਦਿਆਰਥੀ ਕੋਈ ਵੀ ਉਹਦਾ ਆਨਸਰ ਲਿਖ ਦੇਗਾ ਆਪਣੇ ਕੁਐਸਚਨ ਦਾ ਆਨਸਰ ਲਿਖਣਗਾ ਕੰਪਲੀਟ ਕੁਐਸਚਨ ਪੇਪਰ ਦਾ, ਤਾਂ ਹੋ ਸਕਦਾ ਉਹ ਆ ਕੇ ਕਾਲਜ ਸਬਮਿਟ ਕਰਾ ਦੇਗਾ ਜਾਂ ਉਹਦੀ ਸਾਫਟ ਕਾਪੀ ਪਹਿਲਾਂ ਭੇਜੇਗਾ ਜਾਂ ਰਜਿਸਟਰਡ ਲੈਟਰ ਕਰੇਗਾ। ਇਹ ਸਾਰੀਆਂ ਹਾਲਾਂ ਡਾਇਰੈਕਸ਼ਨਸ ਆਈਆਂ ਨਹੀਂ ਆ, ਲੇਕਿਨ ਇਹ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਕੰਡੀਸ਼ਨਸ ਨੂੰ ਦੇਖਦੇ ਹੋਏ ਕਿ ਕਿਆ ਉਹਨਾਂ ਨੂੰ ਕੀ ਬੱਚਿਆਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨੂੰ ਦੇਖਦੇ ਹੋਏ ਉਹ ਸੋਲਿਊਸ਼ਨ ਦੇਣਗੇ ਉਹਦਾ। ਤੋ ਹਾਲਾਂ ਤੱਕ ਉਹ ਸੋਲਿਊਸ਼ਨ ਹਾਲਾਂ ਕੋਈ ਨਹੀਂ ਆਇਆ ਕਿ ਕੋਈ ਪ੍ਰੋਬਲਮ ਹੈ ਉਹਦਾ ਕਿਆ ਸੋਲਿਊਸ਼ਨ ਹੈ, ਸਿਰਫ ਇੰਨਾ ਆਇਆ ਕਿ ਔਨਲਾਈਨ ਐਗਜ਼ਾਮ ਹੋਣਗੇ ਔਰ ਬੱਚੇ ਨੇ ਕਿਸੇ ਵੀ ਸਟੂਡੈਂਟ ਨੇ ਉਹਦੀ PDF ਬਣਾ ਕੇ ਜਿਹੜੀ ਅਪਲੋਡ ਕਰਨੀ ਹੈ ਐਂਡ ਇਹਦੀ ਜਿਹੜੀ ਵੈਲੂਏਸ਼ਨ ਹੈ ਉਹ ਵੀ ਕਾਲਜ ਦੇ ਵਿੱਚ ਹੀ ਹੋਣੀ ਹੈ ਐਂਡ ਅਸੀਂ ਜਿਹੜੇ ਉਹਦੇ ਮਾਰਕਸ ਨੇ ਉਹ ਅਪਲੋਡ ਕਰਨੇ ਯੂਨੀਵਰਸਿਟੀ ਨੂੰ। ਤੋ ਫਾਈਨਲੀ ਅਸੀਂ ਸਾਰਾ ਜਿੰਨਾ ਵੀ ਸਿਸਟਮ ਫੁੱਲ ਪ੍ਰੋਸੈਸ ਹੋ ਰਿਹਾ ਇਹ ਹਰ ਇੱਕ ਕਾਲਜ ਨੇ ਆਪ ਹੀ ਕੰਡਕਟ ਕਰਨਾ, ਕੁਐਸਚਨ ਪੇਪਰ ਤੋਂ ਲੈ ਕੇ ਇਵੈਲੂਏਸ਼ਨ ਤੱਕ ਲੈ ਕੇ ਅਪਲੋਡਿੰਗ ਤੱਕ, ਇੱਥੋਂ ਤੱਕ ਕਿ ਸਾਰਾ ਕਾਲਜ ਦਾ ਹੀ ਕੰਮ ਹੈ। ਤਾਂ ਕਾਲਜ ਨੇ ਸਾਰਾ ਕਰਨਾ। ਤਾਂ ਬੱਚਿਆਂ ਦੇ ਲਈ, ਵਿਦਿਆਰਥੀਆਂ ਦੇ ਲਈ ਸ਼ੁਭਕਾਮਨਾਵਾਂ ਜੋ ਕਿ ਉਹਨਾਂ ਦੇ ਇਗਜ਼ਾਮ ਨੇ ਹੁਣ ਜੋ ਕਿ 25 ਤਰੀਕ ਤੋਂ ਸ਼ੁਰੂ ਹੋ ਰਿਹਾ, 16 ਤਰੀਕ ਤੋਂ ਪ੍ਰੈਕਟੀਕਲੀ ਸ਼ੁਰੂ ਹੋ ਰਿਹਾ। ਬਾਕੀ ਦੀ ਜਿਹੜੀ ਜਾਣਕਾਰੀ ਹੈ ਅਸੀਂ ਟਾਈਮ ਟੂ ਟਾਈਮ ਹੀ ਅਗਲੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ। ਸੋ ਆਲ ਦਾ ਬੈਸਟ ਵਿਦਿਆਰਥੀ, ਸਾਰੇ ਸਟੂਡੈਂਟਸ ਦਾ ਮੈਂ ਬਹੁਤ ਬਹੁਤ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦੀ ਹਾਂ। ਉਹਨਾਂ ਨੂੰ ਕਹਿੰਦੀ ਕਿ ਤਿਆਰੀ ਕਰ ਲੈਣ ਹੁਣ ਉਹ ਅਤੇ ਐਗਜ਼ਾਮ ਦੀ ਤਿਆਰੀ ਕਰ ਲੈਣ ਤਾਂ ਕਿ ਅੱਛਾ ਕੈਰੀਅਰ ਬਣ ਸਕੇ। ਥੈਂਕ ਯੂ।